ਗਿੱਦੜਵਾਹਾ ਦੀ ਟ੍ਰੈਫਿਕ ਪੁਲਿਸ ਵੱਲੋਂ ਇੱਕ ਬਹੁਤ ਵੱਡਾ ਕਦਮ ਚੁੱਕਿਆ ਗਿਆ। ਸ਼ਹਿਰ 'ਚ ਛੋਟੀ ਉਮਰ ਦੇ ਬੱਚਿਆਂ ਵੱਲੋਂ ਵਹੀਕਲਾਂ ਦੀ ਡਰਾਈਵਿੰਗ ਕਰਨ ਦੇ ਲਗਾਤਾਰ ਵੱਧਦੇ ਰੁਝਾਨ ਨੂੰ ਠੱਲ ਪਾਉਣ ਲਈ ਟ੍ਰੈਫਿਕ ਪੁਲਿਸ ਗਿੱਦੜਵਾਹਾ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਜਾਗਰੂਕਤਾ ਫਲੈਕਸ ਲਗਾਏ ਗਏ। ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਹਰਦੀਪ ਸਿੰਘ ਨੇ ਕਿਹਾ ਕਿ ਕਈ ਵਾਰ ਮਾਪੇ ਆਪਣੇ ਬੱਚਿਆਂ ਨੂੰ ਬੇਵੱਸ ਹੋ ਕੇ ਵਹੀਕਲ ਲੈ ਦਿੰਦੇ ਨੇ, ਉਹਨਾਂ ਨੂੰ ਨਿਯਮਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ। ਇਸ ਲਈ ਟ੍ਰੈਫਿਕ ਪੁਲਿਸ ਵੱਲੋਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਕਦਮ ਚੁੱਕਿਆ ਗਿਆ। ਕਿਸ ਤਰ੍ਹਾਂ ਦਾ ਉਪਰਾਲਾ ਕਰ ਰਹੇ ਹੋ ਜਿਹੜੇ ਛੋਟੇ ਬੱਚੇ ਜਿਹੜੇ ਵਹੀਕਲ ਚਲਾਉਂਦੇ ਆ, ਤੇ ਕੀ ਮੈਸੇਜ ਦੇਣਾ ਚਾਹੁੰਦੇ? ਜਿਹੜੇ ਛੋਟੀ ਉਮਰ ਦੇ ਬੱਚੇ ਮਤਲਬ ਵਹੀਕਲ ਚਲਾਉਂਦੇ ਆ, ਉਹਨਾਂ ਨੂੰ ਅਵੇਅਰਸ ਕਰਨ ਲਈ, ਜਾਗਰੂਕ ਕਰਨ ਲਈ ਸ਼ਹਿਰ ਦੇ ਵਿੱਚ ਜਿਹੜੇ ਬੋਰਡ ਲਵਾਏ ਜਾ ਰਹੇ ਆ। ਬੋਰਡ ਦੇ ਵਿੱਚ ਜਿਹੜਾ ਛੋਟੀ ਉਮਰ ਦੇ ਬੱਚੇ ਨੇ ਮੋਟਰਸਾਈਕਲ ਚਲਾਉਣ ਦੇ ਨਾਮ ਗਲਤੀ ਬੱਚੇ ਦੀ ਨਾ ਮਾਪਿਆ, ਇਸ ਸੰਬੰਧੀ ਉਹਦੇ ਫੋਟੋ ਵੀ ਲਾਈਆਂ ਗਈਆਂ। ਛੋਟੀ ਉਮਰ 'ਚ ਬੱਚਾ ਚਲਾਉਂਦਾ ਤਾਂ ਹਾਦਸਾ ਮਤਲਬ ਵਾਪਰ ਸਕਦਾ, ਉਹ ਅਵੇਅਰਨੈਸ ਕਰਨ ਲਈ ਸਾਰੇ ਸਕੂਲਾਂ ਦੇ ਨੇੜੇ ਮੇਨ ਚੌਂਕਾਂ ਦੇ ਵਿੱਚ ਸਾਰੇ ਬੋਰਡ ਲਵਾਏ ਜਾ ਰਹੇ ਆ। ਸਰ, ਜਿਹੜੇ ਬੱਚੇ ਦੇ ਮਾਪਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਛੋਟੇ ਬੱਚਿਆਂ ਨੂੰ ਜਿਹੜੇ ਆਪਦੇ ਵਹੀਕਲ ਦਿੰਦੇ ਆ? ਜਿਹੜੇ ਬੱਚੇ ਛੋਟੀ ਉਮਰ ਦੇ ਹੈਗੇ ਨੇ ਉਹਨਾਂ ਨੂੰ ਵਹੀਕਲ ਨਾ ਚਲਾਉਣ ਦਿੱਤਾ ਜਾਵੇ, ਕਿਉਂਕਿ ਅੱਜ ਕੱਲ੍ਹ ਬੱਚੇ ਸਿੰਗਲ ਸਿੰਗਲ ਬੱਚਾ ਮਾਪਿਆਂ ਦੇ ਉਹਨਾਂ ਮਾਪਿਆਂ ਵਾਸਤੇ ਉਹਦੀ ਜ਼ਿੰਦਗੀ ਬਹੁਤ ਤੀਸ ਹੈ। ਕੋਈ ਲਾਅ ਵੀ ਬਣਿਆ ਹੋਇਆ ਜਿਹੜਾ ਕੋਈ ਮਾਪੇ ਜਿਹੜੇ ਮਾਪੇ ਛੋਟੇ ਬੱਚਿਆਂ ਨੂੰ ਜੇ ਵਹੀਕਲ ਦਿੰਦੇ ਆ, ਕੋਈ ਉਹ ਸਜ਼ਾ ਦਾ ਹੈ ਕੋਈ? ਚਲਾਨ ਤਾਂ ਹੁੰਦਾ ਹੀ ਹੈ ਜੀ, ਨਾਲ ਦੇ ਉਹਦੀ ਸੁਣਵਾਈ ਦੌਰਾਨ ਜਿਹੜਾ ਹੈਗਾ, ਜੇ ਆਪਾਂ ਅਦਾਲਤ 'ਤੇ ਚਲਾਨ ਭੇਜਦੇ ਹਾਂ ਤਾਂ ਉਹ ਸੁਣਵਾਈ ਦੌਰਾਨ ਉਹ ਮਾਪਿਆਂ ਨੂੰ ਸੰਪਰਕ ਕਰ ਸਕਦੇ ਹਾਂ।